ਭੈਣ ਜੀ ਵਾਹ ਵਾਹ ਗੱਲ ਠੋਕ ਕੇ ਕਰਦੇ ਆ। ਮੈਂ ਉਦਣ ਵੀ ਵਧਾਈ ਦਿੱਤੀ ਸੀ, ਕਈਆਂ ਨੇ ਇਹਨਾਂ ਨਾਲ ਨਾਰਾਜ਼ਗੀ ਕੀਤੀ। ਇੱਥੇ ਏਮਸ ਦਾ ਪ੍ਰੋਗਰਾਮ ਸੀ, ਏਮਸ ਦਾ ਪ੍ਰੋਗਰਾਮ ਸੀ ਤੇ ਭੈਣ ਜੀ ਨੇ ਮੰਤਰੀ ਦੀ ਹਾਜ਼ਰੀ ਚ ਠੋਕ ਵਜਾ ਕੇ ਕਿਸਾਨਾਂ ਦੀ ਗੱਲ ਕੀਤੀ, ਖੇਤ ਮਜ਼ਦੂਰਾਂ ਦੀ ਗੱਲ ਕੀਤੀ। ਚਾਰ ਟੋਟਕੂ ਜੇ ਭਾਜਪਾ ਵਾਲੇ ਮੁਰਦਾਬਾਦ ਕਰਦੇ ਸੀ, ਬਾਕੀ ਸਾਰੇ ਪੰਜਾਬ ਨੇ ਵਧਾਈ ਦਿੱਤੀ ਕਿ ਜੇ ਹਿੰਮਤ ਨਾਲ ਅੱਖਾਂ 'ਚ ਅੱਖਾਂ ਪਾ ਕੇ ਲੋਕਾਂ ਦਾ ਮੁੱਦਾ ਕੋਈ ਅਮਿਤ ਸ਼ਾਹ ਅੱਗੇ ਜਾਂ ਪ੍ਰਧਾਨ ਮੰਤਰੀ ਮੋਦੀ ਅੱਗੇ, ਜਿਹਦੇ ਅੱਗੇ ਵੱਡੀ ਵੱਡੀ ਧੌਣਾਂ ਨੀਵੀਆਂ ਹੋ ਜਾਂਦੀਆਂ ਨੇ, ਉੱਥੋਂ ਥੋਡੀ ਵਕੀਲ ਥੋਡੀ ਆਵਾਜ਼ ਬਠਿੰਡੇ ਦੀ ਹਮੇਸ਼ਾ ਲੋਕਾਂ ਦੇ ਹੱਕਾਂ ਵਾਸਤੇ ਗੂੰਜਦੀ ਰਹੀ ਹੈ। ਤੁਸੀਂ ਵਧਾਈ ਦੇ ਪਾਤਰ ਹੋ, ਤੁਸੀਂ ਵਧਾਈ ਦੇ ਪਾਤਰ ਹੋ। ਮੈਂ ਵੱਡੇ ਵੱਡੇ ਚਿਹਰੇ ਡਿੱਗਦੇ ਵੇਖੇ, ਅਜੀਤ ਪਵਾਰ ਜਿਹਦੇ ਬਾਰੇ ਮੋਦੀ ਕਹਿੰਦਾ ਹੁੰਦਾ ਸੀ ਇਹ 75,000 ਕਰੋੜ ਖਾ ਗਿਆ, ਪਤਾ ਨੀ ਕਿਹੜੀ CBI ED ਭੇਜੀ, ਅਗਲੇ ਦਿਨ ਭਾਜਪਾ ਚ ਸ਼ਾਮਿਲ ਹੋ ਗਿਆ ਤੇ ਡਿਪਟੀ CM ਬਣਾ ਦਿੱਤਾ। ਤੇ ਮੈਂ ਕਿਹਾ ਹੁਣ 75,000 ਕਿਹਦੇ ਕੌਣ ਖਾ ਗਿਆ? ਵੱਡੇ ਵੱਡੇ ਚਿਹਰੇ, ਆਸਾਮ ਦਾ ਮੁੱਖ ਮੰਤਰੀ, ਮਹਾਰਾਸ਼ਟਰ ਦਾ ਮੁੱਖ ਮੰਤਰੀ। ਮੈਂ ਜੇ ਨਾਂ ਲੈਣ ਲੱਗਾ ਤੇ ਮੇਰਾ ਕਹਿਣ ਦਾ ਭਾਵ ਜਿਹਦੇ ਅੱਗੇ ਮੁੱਖ ਮੰਤਰੀ ਨੀ ਟਿਕਦੇ। ਸਾਧ ਸੰਗਤ ਜੀ, ਤੁਹਾਨੂੰ ਵਧਾਈ ਹੈ ਕਿ ਮੇਰੀ ਭੈਣ ਬੀਬਾ ਹਰਸਿਮਰਤ ਕੌਰ ਬਾਦਲ ਠੋਕ ਵਜਾ ਕੇ ਪੰਜਾਬ ਦੀ, ਗੁਰੂਆਂ ਪੀਰਾਂ ਦੀ ਧਰਤੀ ਦੀ, ਖੇਤ ਮਜ਼ਦੂਰਾਂ ਦੀ, ਗਰੀਬਾਂ ਦੀ, ਕਿਸਾਨਾਂ ਦੀ ਗੱਲ ਉੱਥੇ ਕਰਦੀ ਹੈ। ਤੇ ਮੈਂ ਵੇਖਦਾ ਹੁੰਦਾ ਭੈਣ ਜੀ, ਮੈਂ ਬੜਾ ਕੁਝ ਵੇਖਦਾ ਹੁੰਦਾ ਜਦ ਤੁਸੀਂ ਪਾਰਲੀਮੈਂਟ ਤੇ ਬੋਲਦੇ ਹੋ, ਜਿੱਥੇ ਆਪੋਜੀਸ਼ਨ ਪਾਰਟੀ ਤਾਂ ਬੜੀ ਖੁਸ਼ ਹੁੰਦੀ ਆ। ਆ ਮੋਦੀ ਦੀਆਂ ਲੱਤਾਂ ਇਸ ਤਰ੍ਹਾਂ ਛਣਕਦੀਆਂ ਨੇ, ਕੰਬਦੀਆਂ ਨੇ ਕਿ ਆ ਕਿੱਥੇ ਆ ਨਵਾਂ ਮੁੱਦਾ ਪੜ ਕੇ ਇਹਨਾਂ ਨੇ ਚੱਕ ਦੇਣਾ, ਜਾਨ ਕਿੱਥੋਂ ਬਚਾਉਣੀ ਹੈ। ਇਸ ਲਈ ਲੋਕਾਂ ਦੀ ਆਵਾਜ਼ ਹਮੇਸ਼ਾ ਪੰਜਾਬੀ ਦਾ ਧਰਮ ਹੈ, ਕਰਮ ਹੈ। ਗੁਰੂ ਸਾਹਿਬਾਨਾਂ ਨੇ ਵੀ ਜੇ ਕੁਰਬਾਨੀ ਦਿੱਤੀ ਤੇ ਹੱਕ ਸੱਚ ਵਾਸਤੇ ਦਿੱਤੀ, ਕਦੇ ਘਬਰਾਏ ਨਹੀਂ। ਔਰ ਸਾਨੂੰ ਗੁਰਤੀ ਗੁਰੂ ਸਾਹਿਬਾਨਾਂ ਦੀ ਹੈ, ਇਸ ਲਈ ਸਾਡਾ ਫਰਜ਼ ਬਣਦਾ ਜੇ ਪੰਜਾਬ ਦੇ ਕਿਸਾਨ ਦਿੱਲੀ ਨਹੀਂ ਜਾ ਸਕਦੇ ਤੇ ਦਿੱਲੀ ਦੀ ਭਾਜਪਾ ਪੰਜਾਬ ਦੇ ਪਿੰਡਾਂ 'ਚ ਨਹੀਂ ਆ ਸਕਦੀ। ਇਸ ਲਈ ਮੇਰੇ ਵੀਰੋ ਰਵੀਪ੍ਰੀਤ ਸਿੰਘ ਜੀ, ਸਿੱਧੂ ਸਾਹਿਬ, ਅੱਜ ਤੂੰ ਦਿਲ ਦੀ ਸੁਣੀ ਹੈ।